अमृतसर GRP पुलिस वालों रेलवे स्टेशन से तलाशी दौरान 4 किलो अफीम समेत एक व्यक्ति को काबू किया गया है, जिसकी पहचान पिंकू करमकर पुत्र सुरेन करमकर वासी बजरंग नगर झारखंड वजों हुई है। DSP बिक्रम सिंह ने दसिया कि GRP पुलिस वालों रेलवे स्टेशन से चैकिंग मुहिम चलाई जा रही है, जिसके तहत नशे के सौदागरों काबू करने में सफलता हासिल हो रही है। ਤੀਹ ਤਰੀਕ 30 ਜੂਨ ਨੂੰ ਕੱਲ ਸ਼ਾਮੀ ਕਰੀਬ 7 ਵਜੇ ਦੇ ਕਰੀਬ ਇੰਸਪੈਕਟਰ ਬਲਵੀਰ ਸਿੰਘ SHO GRP ਅੰਮ੍ਰਿਤਸਰ ਆਪਣੀ ਪਾਰਟੀ ਦੇ ਨਾਲ ਚੈੱਕ ਕਰ ਰਹੇ ਸੀ। ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6-7 ਪੂਰਬੀ ਸਾਈਡ 'ਤੇ ਇੱਕ ਸ਼ੱਕੀ ਵਿਅਕਤੀ ਬੈਂਚ 'ਤੇ ਬੈਠਾ ਸੀ ਆਪਣਾ ਬੈਗ ਲੈ ਕੇ। ਜਦੋਂ ਉਹਦੀ ਚੈੱਕ ਕਰਨ ਲੱਗੇ ਤਾਂ ਉਹ ਥੋੜ੍ਹੀ ਘਬਰਾਹਟ ਮਹਿਸੂਸ ਕੀਤੀ, ਜਿਸ ਕਰਕੇ ਉਹਦਾ ਬੈਗ ਜਿਹੜਾ ਚੈੱਕ ਕੀਤਾ ਗਿਆ ਅਤੇ ਉਹਦੇ 'ਚ ਨਸ਼ੀਲਾ ਪਦਾਰਥ 4 ਕਿਲੋ ਦੇ ਕਰੀਬ ਅਫੀਮ ਜਿਹੜੀ ਆ ਉਹ ਮਿਲੀ। ਇਹ ਬੰਦਾ ਜਿਹੜਾ ਪਿੰਕੂ ਪੁੱਤਰ ਸੁਰੇਨ ਵਾਸੀ ਝਾਰਖੰਡ ਦਾ ਅਤੇ ਕਿੱਥੋਂ ਲਿਆ ਗਿਆ, ਕਿੱਥੇ? ਇਹ ਝਾਰਖੰਡ ਤੋਂ ਉੱਥੋਂ ਲੈ ਕੇ ਅਤੇ ਇੱਥੇ ਇਹਨੇ ਸਪਲਾਈ ਕਰਨੀ ਸੀ। ਤੋ ਇਨਵੈਸਟੀਗੇਸ਼ਨ ਚੱਲ ਰਹੀ ਆ, ਅਸੀਂ ਇੰਟਰੋਗੇਸ਼ਨ ਹੋਏਗੀ, ਅੱਗੇ ਪਤਾ ਲੱਗੇਗਾ ਵੀ ਕਿੱਥੋਂ ਕਿੱਥੋਂ ਇਹਨੇ ਕਿੰਨਾ ਕਿੰਨਾ ਨੂੰ ਪਹੁੰਚਾਉਣੀ ਸੀ। ਇਸ ਤਰ੍ਹਾਂ ਦੇ ਕਈ ਮਾਮਲੇ ਹੋਰ ਵੀ ਰੇਲਵੇ ਦੇ ਵੱਲੋਂ ਫੜੇ ਜਾਂਦੇ ਆ ਅਤੇ ਕੀ ਫਰਦਰ ਇਹਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਹੋ ਪਾਉਂਦੀ? ਨਹੀਂ, ਇਨਵੈਸਟੀਗੇਸ਼ਨ ਹੋ ਰਹੀ ਹੈ। ਥੋੜ੍ਹੇ ਜਿਹਾ ਪਹਿਲਾਂ ਅਸੀਂ 1.5 ਕਿਲੋ ਫੀਮ ਫੜੀ ਸੀ, ਉਹਦੇ ਵਿੱਚ ਵੀ ਅਸੀਂ ਉਹ ਕਰ ਰਹੇ ਹਾਂ। ਉਹਦੇ 'ਚ 2 ਬੰਦੇ ਅਸੀਂ ਆਲਰੇਡੀ ਕੀਤੇ ਆ, ਨਾਮਜ਼ਦ ਅਰੈਸਟ ਕੀਤੇ ਆ। ਅਤੇ ਹੋਰ ਵੀ ਜਿਸ ਤਰ੍ਹਾਂ ਨਸ਼ੀਲੇ ਪਦਾਰਥ ਪਿੱਛੇ 20,000 ਦੇ ਕਰੀਬ 20,000 ਦੇ ਕਰੀਬ 2 ਵਾਰ ਅਸੀਂ ਨਸ਼ੀਲੀਆਂ ਗੋਲੀਆਂ ਫੜੀਆਂ। ਇਹਦੇ ਕੋਲ 4 ਕਿਲੋ ਫੀਮ ਆ, ਬਾਕੀ ਹੋਰ ਤੇ ਨਹੀਂ ਕੁਛ। ਬਾਕੀ ਉਹਦੇ ਕੱਪੜੇ ਵਗੈਰਾ ਜਾਂ ਕੁਛ ਇਸ ਤਰ੍ਹਾਂ ਇਹਦੇ 'ਤੇ ਪਹਿਲਾਂ ਤੇ ਜਿਹੜਾ ਪੁੱਛਿਆ ਹੋਇਆ ਕਿ ਚੋਰੀ ਦਾ ਮਾਮਲਾ ਦਰਜ ਆ ਉਹ ਝਾਰਖੰਡ 'ਚ, ਕੋਈ ਇਹਨੇ ਟਰੱਕ ਦੀ ਬੈਟਰੀ ਚੋਰੀ ਕੀਤੀ ਸੀ ਇਹਦੇ ਦੱਸਣ ਮੁਤਾਬਕ, ਬਾਕੀ ਉਹ ਅਸੀਂ ਵੈਰੀਫਾਈ ਕਰ। ਰੇਲਵੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਜਾਂਦਾ ਤਾਂ ਕਿ ਇਹੋ ਜਿਹਾ ਅਨਸਰ ਫੜੇ ਜਾ ਸਕਦੇ? ਅਸੀਂ ਜ਼ਿਆਦਾਤਰ ਚੈਕਿੰਗ ਸਾਡੀ ਮੋਰਨਿੰਗ ਜਦੋਂ ਵੀ ਕੋਈ ਉਸ ਤਰ੍ਹਾਂ ਦੀਆਂ ਟ੍ਰੇਨਾਂ ਆਉਂਦੀਆਂ ਜਿੱਦਾਂ ਝਾਰਖੰਡ ਵਾਲੀ ਸਾਈਡ ਤੋਂ ਬਿਹਾਰ ਵਾਲੀ ਸਾਈਡ ਤੋਂ ਜਾਂ ਉਸ ਟਾਈਮ ਅਸੀਂ ਸਪੈਸ਼ਲ ਚੈਕਿੰਗ ਕਰਦੇ ਹਾਂ। ਸਾਡੀਆਂ ਟੀਮਾਂ ਜਿਹੜੀਆਂ ਉਸ ਟਾਈਮ 'ਤੇ ਰੇਲਵੇ ਸਟੇਸ਼ਨ 'ਤੇ ਰਹਿੰਦੀਆਂ, ਕੋਈ ਵੀ ਸ਼ੱਕੀ ਵਿਅਕਤੀ ਸਾਨੂੰ ਕਿਸੇ ਤੋਂ ਸ਼ੱਕ ਪੈਂਦਾ ਅਸੀਂ ਉਹ ਇਮੀਡੀਏਟਲੀ ਉਹਦੇ ਚੈੱਕ ਕਰਦੇ ਹਾਂ। ਬਾਕੀ ਸਾਡੀ ਨਾਲੇ ਸਕੋਟ ਵੀ ਜਾਂਦੀ ਆ, ਉਹ ਵੀ ਟ੍ਰੇਨ ਦੇ ਵਿੱਚ ਜੇ ਕੋਈ ਉਹਨਾਂ ਨੂੰ ਸ਼ੱਕੀ ਬੰਦਾ ਜਾਂ ਲਵਾਰਸ ਬੈਗ ਜਾਂ ਕੁਛ ਇਸ ਤਰ੍ਹਾਂ ਦੀ ਚੀਜ਼ ਮਿਲਦੀ ਹੈ ਤਾਂ ਉਹਦੇ 'ਤੇ ਅਸੀਂ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਕਰਦੇ ਹਾਂ।